ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਜਿਹੜੀ ਇਹ ਵੀਡੀਓ ਹੈ ਗੂਗਲ ਸਿਕਿਉਰਿਟੀਜ਼ ਦੇ ਰਿਗਾਰਡਿੰਗ ਹੈ ਵੀ ਗੂਗਲ ਸ਼ੀਟ ਦੇ ਉੱਪਰ ਆਪਾਂ ਕਿਸ ਤਰ੍ਹਾਂ ਸਿਕਿਉਰਿਟੀਜ਼ ਲਾਣੀ ਹੈ, ਜਿਹਦੇ ਵਿੱਚ ਆਪਾਂ ਬੇਸਿਕਲੀ ਵੀ ਦੋ ਤਰ੍ਹਾਂ ਦੀ ਪ੍ਰੋਟੈਕਸ਼ਨ ਬਾਰੇ ਗੱਲ ਕਰਾਂਗੇ। ਇੱਕ ਬੇਸਿਕ ਪ੍ਰੋਟੈਕਸ਼ਨ ਹੈ, ਇੱਕ ਐਡਵਾਂਸ ਪ੍ਰੋਟੈਕਸ਼ਨ ਹੈ। ਸਭ ਤੋਂ ਪਹਿਲਾਂ ਆਪਾਂ ਬੇਸਿਕ ਪ੍ਰੋਟੈਕਸ਼ਨ ਦੀ ਗੱਲ ਕਰਦੇ ਹਾਂ ਵੀ ਸਾਡੇ ਕੋਲ ਜਿਹੜੀ ਸ਼ੀਟ ਪਈ ਹੋਈ ਹੈ, ਕੋਈ ਵੀ ਇੱਕ ਗੂਗਲ ਸ਼ੀਟ ਜਿਹੜੀ ਤੁਸੀਂ ਪ੍ਰਿਪੇਅਰ ਕੀਤੀ ਹੈ, ਜਿੱਦਾਂ ਆਹ ਗੂਗਲ ਸ਼ੀਟ ਹੈ, ਇਹਦੇ ਉੱਪਰ ਤੁਸੀਂ ਕਿਸੇ ਤੋਂ ਡਾਟਾ ਕਲੈਕਟ ਕਰਨਾ ਹੈ। ਇਹ ਸ਼ੀਟ ਦੇ ਉੱਤੇ ਤੁਸੀਂ ਬੇਸਿਕ ਪ੍ਰੋਟੈਕਸ਼ਨ ਦੇ ਵਿੱਚ ਸਿੰਪਲ ਇਹ ਹੈ ਵੀ ਜਿਹਨੂੰ ਵੀ ਤੁਸੀਂ ਸ਼ੇਅਰ ਕਰੋਗੇ ਲਿੰਕ, ਉਹੀ ਇਹ ਖੋਲ੍ਹ ਕੇ ਇਹਦੇ ਵਿੱਚ ਡਾਟਾ ਫਿਲ ਕਰ ਸਕਦਾ ਹੈ। ਪਰ ਤੁਸੀਂ ਚਾਹੁੰਦੇ ਹੋ ਵੀ ਇਹਦੇ ਉੱਤੇ ਜਿਹੜੇ ਸਾਈਡ 'ਚ ਸਕੂਲਾਂ ਦੇ ਨਾਮ ਹੈ ਜਾਂ ਉੱਪਰ ਹੈਡਿੰਗ ਹੈ, ਉਹ ਕੋਈ ਚੇਂਜ ਨਾ ਕਰ ਸਕੇ ਜਾਂ ਹੋਰ ਕੋਈ ਮੈਟਰ ਇਹਦੇ ਉੱਤੇ ਨਾ ਐਡ ਕਰ ਸਕੇ ਜਾਂ ਡਿਲੀਟ ਕਰ ਸਕੇ, ਉਹਦੇ ਵਿੱਚ ਤੁਸੀਂ ਬੇਸਿਕਲੀ ਕੀ ਕਰਨਾ, ਜਿਸ ਤਰ੍ਹਾਂ ਤੁਹਾਡੀ ਇਹ ਸ਼ੀਟ ਦੇ ਵਿੱਚ ਸ਼ੀਟ ਦੇ ਉੱਤੇ ਜਾਣਾ, ਜਿਹੜੀ ਸ਼ੀਟ ਹੈਗੀ ਹੈ ਉਹਦੇ ਉੱਤੇ ਜਾ ਕੇ ਤੁਸੀਂ ਪ੍ਰੋਟੈਕਸ਼ਨ ਪ੍ਰੋਟੈਕਟ ਸ਼ੀਟ 'ਤੇ ਕਲਿੱਕ ਕਰਨਾ। ਉਸ ਤੋਂ ਬਾਅਦ ਸੈੱਟ ਪਰਮਿਸ਼ਨ ਤੁਸੀਂ ਗ੍ਰਾਂਟ ਕਰਨੀ ਹੈ ਇਹਦੇ ਵਿੱਚ। ਸੈੱਟ ਪਰਮਿਸ਼ਨ ਦੇ ਵਿੱਚ ਇਹ ਧਿਆਨ ਰੱਖਿਆ ਜਾਵੇ ਵੀ ਉੱਪਰ ਸ਼ੀਟ ਸਿਲੈਕਟ ਹੋਵੇ। ਉਸ ਤੋਂ ਬਾਅਦ ਤੁਸੀਂ ਇਹਦੇ ਉੱਤੇ ਐਕਸੈਪਟ ਸਰਟਨ ਸੈੱਲ, ਕੁਝ ਸੈੱਲਾਂ ਉੱਪਰ, ਜਿੱਦਾਂ ਕਿ ਇੱਥੇ ਮੈਂ ਕਲਿੱਕ ਕਰਦਾ, ਤੁਸੀਂ ਦੇਖੋਗੇ ਮੈਂ ਇਹਨੂੰ ਸਿਲੈਕਟ ਕੀਤਾ, ਐਕਸੈਪਟ ਸਰਟਨ ਸੈੱਲ, ਵੀ ਮੈਂ ਕੁਝ ਸੈੱਲਾਂ ਤੋਂ ਛੱਡ ਕੇ ਇਹਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਸੇਵ ਕਰਨਾ ਹੈ। ਅਤੇ ਇਹਦੇ ਵਿੱਚ ਤੁਸੀਂ ਇੱਥੇ ਕਲਿੱਕ ਕਰੋਗੇ, ਉਹ ਤੋਂ ਬਾਅਦ ਹਮੇਸ਼ਾ ਧਿਆਨ ਰੱਖਣਾ ਕਿ ਆਹ ਜਿਹੜਾ ਬੋਕਸ ਬਣਿਆ ਹੋਇਆ ਇਹਦੇ ਉੱਤੇ ਤੁਸੀਂ ਕਲਿੱਕ ਕਰਨਾ। ਜਦੋਂ ਇਹ ਸਿਲੈਕਟ ਹੋ ਗਿਆ ਔਰ ਜਿੰਨੇ ਸ਼ੀਟ ਦੇ ਵਿੱਚ ਤੁਸੀਂ ਡਾਟਾ ਫਿਲ ਕਰਵਾਉਣਾ ਚਾਹੁੰਦੇ ਹੋ, ਸਪੋਜ਼ ਮੈਂ ਇੱਥੋਂ ਲੈ ਕੇ ਇੱਥੇ ਤੱਕ ਡਾਟਾ ਫਿਲ ਕਰਵਾਉਣਾ ਚਾਹੁੰਦਾ, ਉਹ ਇੱਥੇ ਆਪਣੇ ਆਪ ਸਿਲੈਕਟ ਹੋ ਜਾਣਾ, ਇਹਨੂੰ ਕਲਿੱਕ ਕਰਕੇ ਡਰੈਗ ਕਰ ਲੈਣਾ ਤੁਸੀਂ ਜਿੱਥੇ ਤੱਕ ਡਾਟਾ ਫਿਲ ਕਰਵਾਉਣਾ ਚਾਹੁੰਦੇ। ਉਹਨੂੰ ਸਿਲੈਕਟ ਕਰਨ ਤੋਂ ਬਾਅਦ ਓਕੇ ਕਰ ਦਿਉ। ਓਕੇ ਕਰਨ ਤੋਂ ਬਾਅਦ ਸੈੱਟ ਪਰਮਿਸ਼ਨ 'ਤੇ ਕਲਿੱਕ ਕਰਨਾ ਆਪ ਜੀ ਨੇ, ਔਰ ਇੱਥੇ ਧਿਆਨ ਰੱਖਣਾ ਹੈ ਕਿ ਰੈਸਟ੍ਰਿਕਟ ਹੂ ਕੈਨ ਐਡਿਟ ਦਿਸ ਰੇਂਜ, ਇਹਦੇ ਵਿੱਚ ਓਨਲੀ ਯੂ ਹੋਵੇ, ਉਹਨੂੰ ਤੁਸੀਂ ਡਨ ਕਰ ਦਿਉ। ਇਹ ਬੇਸਿਕ ਪ੍ਰੋਟੈਕਸ਼ਨ ਦੇ ਵਿੱਚ ਇੱਕ ਪਹਿਲਾ ਸਟੈਪ ਹੈ। ਉਸ ਤੋਂ ਬਾਅਦ ਆਪ ਜੀ ਨੇ ਕੀ ਕਰਨਾ, ਸ਼ੇਅਰ ਦੇ ਵਿੱਚ ਸ਼ੇਅਰ 'ਤੇ ਕਲਿੱਕ ਕਰਨਾ। ਸ਼ੇਅਰ 'ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਥੱਲੇ ਲਿਖਿਆ ਹੋਇਆ ਗੈਟ ਲਿੰਕ, ਗੈਟ ਲਿੰਕ ਦੇ ਵਿੱਚ ਆਪ ਜੀ ਨੇ ਚੇਂਜ 'ਤੇ ਕਲਿੱਕ ਕਰਨਾ, ਔਰ ਇੱਥੇ ਐਨੀ ਵਨ ਵਿਦ ਦਿਸ ਲਿੰਕ ਔਨ ਦਾ ਇੰਟਰਨੈਟ ਜਿਹੜਾ ਲਿਖਿਆ ਹੋਇਆ ਇਹਦੇ ਵਿੱਚ ਇੱਥੇ ਵਿਊਅਰ ਹੋਏਗਾ, ਤੁਸੀਂ ਇੱਥੇ ਕੀ ਕਰਨਾ, ਇੱਥੇ ਸਿਲੈਕਟ ਕਰਕੇ ਐਡੀਟਰ ਕਰ ਦੇਣਾ, ਔਰ ਉਸ ਤੋਂ ਬਾਅਦ ਇਹਨੂੰ ਡਨ ਕਰ ਦੇਣਾ, ਪਰਮਿਸ਼ਨ ਅਪਡੇਟ ਹੋ ਜਾਏਗੀ। ਹੁਣ ਜਿਹਨੂੰ ਵੀ ਤੁਸੀਂ ਇਹ ਲਿੰਕ ਦਿਓਗੇ, ਦੋ ਤਰੀਕੇ ਆ ਲਿੰਕ ਲੈਣ ਦੇ, ਇੱਕ ਹੈਡਿੰਗ ਇੱਥੋਂ ਕਾਪੀ ਕਰ ਲਓ, ਇਹਨੂੰ ਕਾਪੀ ਕਰ ਲਓ ਔਰ ਇਹਨੂੰ ਸ਼ੇਅਰ ਕਰ ਸਕਦੇ ਹੋ, ਜਾਂ ਤੁਸੀਂ ਸ਼ੇਅਰ ਦੇ ਵਿੱਚ ਜਾ ਕੇ ਇੱਥੋਂ ਗੈਟ ਕਾਪੀ ਲਿੰਕ ਕਰ ਸਕਦੇ ਹੋ, ਤਾਂ ਵੀ ਲਿੰਕ ਤੁਹਾਡਾ ਕਾਪੀ ਹੋ ਜਾਏਗਾ ਔਰ ਉਹਨੂੰ ਸ਼ੇਅਰ ਕਰ ਲਓ। ਅਤੇ ਇਹ ਤੁਹਾਡਾ ਬੇਸਿਕ ਪ੍ਰੋਟੈਕਸ਼ਨ ਚਾਹੁੰਦਾ ਵੀ ਇੰਨੀ ਸ਼ੀਟ ਤੁਹਾਡੀ ਪ੍ਰੋਟੈਕਟ ਹੋ ਗਈ ਹੈ, ਔਰ ਇਸ ਤੋਂ ਇਲਾਵਾ ਇੱਧਰਲੀ ਸਾਈਡ ਜਾਂ ਉੱਪਰਲੀ ਸਾਈਡ ਕੋਈ ਇਹਨੂੰ ਚੇਂਜ ਨਹੀਂ ਕਰ ਸਕਦਾ, ਇੱਧਰਲਾ ਡਾਟਾ ਤੁਹਾਡਾ ਚੇਂਜ ਨਹੀਂ ਹੋਏਗਾ, ਉੱਪਰਲਾ ਕੋਈ ਡਿਲੀਟ ਨਹੀਂ ਕਰ ਸਕਦਾ। ਉਸ ਤੋਂ ਬਾਅਦ ਨੈਕਸਟ ਆਪਾਂ ਲੈਂਦੇ ਹਾਂ ਜਿਹੜੀ ਆਪਾਂ ਐਡਵਾਂਸ ਪ੍ਰੋਟੈਕਸ਼ਨ ਲਾਣੀ ਹੈ। ਉਹਦੇ ਵਿੱਚ ਕੀ ਹੈ, ਇਹ ਸ਼ੀਟ ਦੂਜੀ ਖੋਲ੍ਹਦਾ ਮੈਂ, ਉਹਦੇ ਵਿੱਚ ਇੱਕ ਸ਼ੀਟ ਆਪਾਂ ਇਹ ਲੈਣੇ ਹੈਗੇ ਹਾਂ, ਸਪੋਜ਼ ਆਪਣੇ ਕੋਲ ਆਹ ਚੀਜ਼ ਹੈ, ਜਿੱਦਾਂ ਆਹ ਸ਼ੀਟ ਹੈ ਆਪਣੇ ਕੋਲ, ਇਹਦੇ ਵਿੱਚ ਆਪਾਂ ਐਡਵਾਂਸ ਪ੍ਰੋਟੈਕਸ਼ਨ ਲਾਣੀ ਹੈ ਵੀ ਅਸੀਂ ਕੁਛ ਪਰਟੀਕੁਲਰ ਬੰਦਿਆਂ ਨਾਲ ਹੀ ਇਹ ਸ਼ੀਟ ਸ਼ੇਅਰ ਕਰਨੀ ਹੈ। ਅਤੇ ਤੁਸੀਂ ਇਸ ਦੇ ਵਿੱਚ ਕੀ ਕਰੋਗੇ, ਜਿਹੜੀ ਤੁਸੀਂ ਇਹ ਸ਼ੀਟ ਖੋਲ੍ਹੀ ਹੋਈ ਹੈ, ਜਿਹਦੇ ਉੱਤੇ ਵੀ ਤੁਸੀਂ ਪ੍ਰੋਟੈਕਸ਼ਨ ਲਾਣੀ ਹੈ, ਇਹਨੂੰ ਖੋਲ੍ਹਣ ਤੋਂ ਬਾਅਦ ਆਪ ਜੀ ਨੇ ਸਭ ਤੋਂ ਪਹਿਲਾਂ ਉਹੀ ਪ੍ਰੋਸੈਸ ਫੋਲੋ ਕਰਨਾ, ਰਾਈਟ ਕਲਿੱਕ ਪ੍ਰੋਟੈਕਟ ਸ਼ੀਟ, ਪ੍ਰੋਟੈਕਟ ਸ਼ੀਟ ਤੋਂ ਬਾਅਦ ਧਿਆਨ ਰਹੇ ਅਤੇ ਸ਼ੀਟ ਜਿਹੜੀ ਤੁਸੀਂ ਥੱਲੇ, ਹੋ ਸਕਦਾ ਇੱਕ ਤੋਂ ਜ਼ਿਆਦਾ ਸ਼ੀਟਾਂ ਹੈਗੀਆਂ ਅਤੇ ਇੱਥੇ ਸ਼ੀਟ ਉਹ ਸਿਲੈਕਟ ਹੋਵੇ, ਜਿਹਦੀ ਜ਼ਿਆਦਾ ਸ਼ੀਟਾਂ ਹੋਣਗੀਆਂ ਅਤੇ ਹੋਰ ਸ਼ੀਟਾਂ ਆ ਜਾਣਗੀਆਂ, ਨਹੀਂ ਤਾਂ ਇੱਕ ਸ਼ੀਟ ਹੈ ਅਤੇ ਇੱਕ ਹੀ ਸ਼ੀਟ ਹੋਏਗੀ, ਉਹ ਤੋਂ ਬਾਅਦ ਇਹਦੇ 'ਤੇ ਕਲਿੱਕ ਕਰਨਾ, ਔਰ ਫਿਰ ਇਹਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਜਿੰਨੇ ਵੀ ਡਾਟੇ ਨੂੰ ਤੁਸੀਂ ਫਿਲ ਕਰਵਾਉਣਾ, ਸਪੋਜ਼ ਮੈਂ ਇੱਥੋਂ ਲੈ ਕੇ ਇੱਥੇ ਤੱਕ ਡਾਟਾ ਫਿਲ ਕਰਵਾਉਣਾ, ਮੈਂ ਉਹਨੂੰ ਸਿਲੈਕਟ ਕਰ ਲਿਆ,
और मैं ओके कर देना। उस तो बाद सैट परमिशन कर देनी है, सैट परमिशन आप जी ने दसा सगा भी रिस्ट्रिक्ट ओनली यू कर देना है, उस तो बाद डन कर दो। इतने तक प्रोसैस उ है। हूँ यह तुसी कुछ सर्टन बंद शेयर करना है, ये डाटा चैक करवाण भी ये डाटा सही है या फिल करवाण, उस केस की करना है जोड़ा एडवांस प्रोटैक्शन के शेयर के ही जाना। और जिन्हें भी जाने ना तुसी ये चीज़ शेयर करनी है, सपोज मेरे को ईमेल आई डीज़ हैगी हैं जिन्हें भी जिन्होंने भी तुसी शेयर करना चाहते हो, मेरे को आह ईमेल आई डीज़ हैगी हैं, मैं इन्होंने कॉपी कर लेना। और इसे जिहड़ा ऑप्शन खुलिया होया उहदे विच वन बाय वन भी ऐड कर सकते हो, जे तुहाडे कोल ज़्यादा आई डीज़ हैगी हैं तो उन्होंने कॉपी करके इतने पेस्ट कर देना। ध्यान रहे भी ईमेल आई डीज़ अलग अलग हो, ना हो जुड़िया हो, फर्क होना चाहिए थोड़ा जाना दे एक एक स्पेस। उस तो बाद साइड पर ऑप्शन आ रहा है भी इन्हों व्यू ओनली रखना है कि एडिटर बनाना है, की बनाना चाहते हो, तो इन्हों मैं परमिशन देनी है भी यह एडिट कर सकता। ठीक है, उस तो बाद थले एक ऑप्शन हैगी है नोटिफाई, तुम इन्हों नोटिफाई भी क्लिक करके उन्होंने नोटिफाई कर दो भी तुहानू को परमिशन आ गई है, तुम इन खोल के अपना डाटा फीड कर सकते हो या अपडेट कर सकते हो। मैं इतने पहले ही नोटिफाई पीपल हैगा तो ये तो मैं टिक हटा दिना, इन्हों मैसेज नहीं जाऊगा, जब मैं मैसेज भेजना चाहना तो टिक ला के इन सेंड कर दो। इस सारे जिन्हें भी ईमेल आई डीज़ है 327 तक वह सारे यह परमिशन ऐड हो गई है। हुण इहदा फायदा की है ईमेल आई डी दे नाल अटैच करन दा, सपोज आ स्कूल हैगा पहला इन्हें डाटा फीड करना सीगा अपना फीड करता, उस तो बाद जस्सियां जो फीड कर लगा हो सकता वह डाटा डिलीट कर दे, पर जो ये डिलीट करेगा तो तुहानू पता लग जाएगा यदा डाटा किन्हें डिलीट किया है। ठीक है, इस करके तुसी उन्होंने समझा सकते हो, दस सकते हो भी तुहाडे तों डाटा डिलीट हो रहा भी अपना डाटा ही फिल किया जाए, दूजे का डाटा ना डिलीट किया जा डिलीट किया जाए। उस केस दे विच तुहानू इदां दा इह सिक्योरिटी दा इह फायदा है मेन भी तुहानू पता रहिंदा भी डाटा किन्ने फीड किया और किन्ने डिलीट किया, हो सकता उही बंदा होवे जां किसी तों गलती नाल भी डिलीट हो सकता है। ये अपनी एडवांस प्रोटैक्शन आती है, ये ईमेल आई डी मस्ट है, पर इतने एक ध्यान रखा जाए जी ईमेल आई डी तुम प्रोवाइड की है कंसर्न परसन ने वो उस आई डी के नाल खोलेगा तो ही वह लिंक एडिट कर सकता है, होर कोई भी ईमेल आई डी किसी को लिंक हैगा तो वह एडिट नहीं कर सकेगा, वो इतने व्यू ओनली लिखा आएगा। ये एडवांस प्रोटैक्शन के सारे तुम मैं पॉइंट्स दसते हैं। उस तो बाद एक पॉइंट होर लें जिदे विच जिदा अपने को आह शीट है, हुण इस शीट दे विच तुसी चाहुंदे हो भी मैं पूरी शीट दे नहीं बिच उन्हां नूं परमिशन देनी है भी आह कॉलम फिल कर लो आह फिल कर लो, फिर तुसी उन्हूं कॉलम वाइज परमिशन ग्रांट कर सकते हो। करना की है सेम उही प्रोसीजर है, राइट क्लिक प्रोटैक्ट शीट तो बाद एक्सैप्ट सर्टन सैल इत्थे क्लिक कर लेना। उस तो बाद सपोज तुसी पहले सैल च परमिशन देनी है उन्हों क्लिक कर लो, ड्रैग कर लिया, उस तो बाद कंट्रोल दबा के सपोज मैं उपर ला जाना, मैं इस चीज़ के उत्ते प्रोटैक्शन उन्होंने परमिशन देनी है भी तुसी इत्थे डाटा एडिट करना, आ दो ते आ गया हो, ये तो हो सकता तुहानू होर भी अगे तुसी उन्हों परमिशन देनी होवे, सपोज आ वाले सैल ते देनी होवे या नाल दे सैल ते देनी होवे ते उहदे लई भी इह कंट्रोल दबा लो, इहनू उपर तक ड्रैग कर लो जिथे तक तुसी सिलेक्ट करना चाहते हो। ये सिलेक्ट करने तो बाद साइड पर देखोगे तीनों प्रोटैक्शन आ गई हैं जो सैल से एडिट का ऑप्शन देना है उन्होंने, ये तो बाद ओके कर दो, सेम उही प्रोसीजर सैट परमिशन ओनली यू डन, तीनों रेंज आ गई तो लिखा भी आ रहा एक्सैप्ट थ्री रेंज। ठीक है, हूँ ये यही तीन चीज़ा जी वो फिल कर सकते हैं। और वह यदा एक होर की चीज़ है थले देखो लॉक लग गया, पहला लॉक नहीं सगा, जो लॉक लग जाएगा तो तुम उत्थे शो हो जाएगा भी शीट से लॉक लग गया है। सपोज तुम ये डाटा हटाना चाहते हो कोई भी तो इनू सिलेक्ट करो, ये खुल जाएगा तो इतों साइड तो तुम इनू डिलीट भी कर सकते हो, दोबारा तो उस सैलों को सिलेक्ट कर लो जिसे तुम डाटा फीड करवाना। ये हो गया भी किस तरह आपों कुछ सर्टन सैल या कॉलम या रो दे प्रोटैक्शन रखनी है और परमिशन देनी है डाटा फीड करने की।
ਉਸ ਤੋਂ ਬਾਅਦ ਅਗਲਾ ਇੱਕ ਪੁਆਇੰਟ ਹੋਰ ਹੈਗਾ ਵੀ ਫਿਲਟਰ ਲਾਉਣ ਦੀ ਇੱਕ ਇਸ਼ੂ ਆਉਂਦਾ ਹੈਗਾ ਵੀ ਫਿਲਟਰ ਨਹੀਂ ਲੱਗਦਾ ਹੈਗਾ, ਫਿਲਟਰ ਲਾ ਕੇ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਹੈਗਾ। ਅਸੀਂ ਐਗਜ਼ਾਮਪਲ ਲੈ ਲੈਂਦੇ ਹਾਂ ਇੱਕ ਸ਼ੀਟ ਤੋਂ। ਇਸ ਸ਼ੀਟ ਦੇ ਵਿੱਚ ਆਪਣੇ ਕੋਲ ਕਾਫ਼ੀ ਜਿੱਦਾਂ ਡਿਟੇਲਸ ਹੈਗੀਆਂ, ਅਲੱਗ ਅਲੱਗ ਬਲੌਗ ਆ, ਜੋ ਵੀ ਤੁਹਾਡੇ ਕੋਲ ਡਾਟਾ ਹੋਏਗਾ। ਤੁਸੀਂ ਸਭ ਤੋਂ ਈਜ਼ੀ ਤਰੀਕਾ ਕੀ ਹੈਗਾ, ਜਿੱਦਾਂ ਆਪਾਂ ਫਿਲਟਰ ਇੱਥੇ ਲਾਉਣਾ ਹੈਗਾ, ਪ੍ਰੋਸੈਸ ਉਹੀ ਹੈ ਵੀ ਇੱਥੇ ਜਾ ਕੇ ਤੁਸੀਂ ਚਾਹੇ ਕਲਿੱਕ ਕਰਕੇ ਜਿੱਥੇ ਤੁਹਾਨੂੰ ਫਿਲਟਰ ਦਾ ਆਪਸ਼ਨ ਅਵੇਲੇਬਲ ਹੈਗਾ ਉਹਦੇ ਵਿੱਚ ਜਾ ਕੇ ਤੁਸੀਂ ਇਹਨਾਂ ਨੂੰ ਫਿਲਟਰ ਲਾ ਸਕਦੇ ਹੋ। ਜਿੱਦਾਂ ਇਹਦੇ ਵਿੱਚ ਡਾਟਾ ਦੇ ਵਿੱਚ ਫਿਲਟਰ ਦਾ ਆਪਸ਼ਨ ਹੈਗਾ, ਤੁਸੀਂ ਇੱਥੋਂ ਵੀ ਫਿਲਟਰ ਲਾ ਸਕਦੇ ਹੋ, ਨਹੀਂ ਤਾਂ ਇੱਕ ਸ਼ਾਰਟਕੱਟ ਕਮਾਂਡ ਹੈ ਜਿੱਦਾਂ ਇੱਥੇ ਆ ਪੂਰਾ ਮੈਂ ਸਿਲੈਕਟ ਕਰ ਲਿਆ, ਆਲਟ ਕੀਬੋਰਡ ਤੋਂ ਆਲਟ ਦਬਾ ਕੇ ਨਾਲ DFF ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਇੱਥੇ ਤੁਹਾਡਾ ਫਿਲਟਰ ਲੱਗ ਗਿਆ। ਤੁਸੀਂ ਦੇਖ ਸਕਦੇ ਹੋ ਆ ਐਰੋ ਜਿਹਾ ਬਣ ਕੇ ਆ ਗਿਆ, ਇਹ ਫਿਲਟਰ ਲੱਗ ਗਿਆ। ਤੁਹਾਨੂੰ ਜਿਹੜਾ ਵੀ ਡਾਟਾ ਚਾਹੀਦਾ ਉਹਨੂੰ ਕਲਿੱਕ ਕਰੋ, ਜਿੱਦਾਂ ਇੱਥੇ ਸਾਰੇ ਸਿਲੈਕਟ ਹੈਗੇ ਆ, ਤੁਸੀਂ ਕਲੀਅਰ ਕਰਕੇ ਜਿਹਨੂੰ ਵੀ ਤੁਸੀਂ ਸਿਲੈਕਟ ਕਰਨਾ ਅਤੇ ਉਹਨੂੰ ਪਰਟੀਕੁਲਰ ਤੁਸੀਂ ਸਿਲੈਕਟ ਕਰਕੇ ਅਤੇ ਥੱਲੋਂ ਜਾ ਕੇ ਓਕੇ ਕਰ ਦਿਉ, ਉਹਦਾ ਡਾਟਾ ਉੱਥੇ ਆ ਜਾਊਗਾ। ਜਿੱਦਾਂ ਇਸ ਤਰ੍ਹਾਂ ਇਹਦਾ ਇਹਨਾਂ ਦਾ ਡਾਟਾ ਆ ਗਿਆ, ਬਾਕੀ ਡਾਟੇ ਰਿਮੂਵ ਹੋ ਗਏ। ਇਸੇ ਤਰ੍ਹਾਂ ਤੁਸੀਂ ਬਾਕੀ ਫਿਲਟਰ ਲਾ ਕੇ ਆਪਣਾ ਇਹਦੇ ਵਿੱਚ ਕੰਮ ਕਰ ਸਕਦੇ ਹਾਂ। ਇੱਕ ਪੁਆਇੰਟ ਹੋਰ ਹੈਗਾ, ਜਦੋਂ ਤੁਹਾਨੂੰ ਐਗਜ਼ਾਮਪਲ ਹੈ, ਐਗਜ਼ਾਮਪਲ ਜਦੋਂ ਤੁਹਾਨੂੰ ਕੋਈ ਸ਼ੀਟ ਆਈ ਹੈਗੀ ਹੈ, ਤੁਹਾਡੇ ਕੋਲ ਪਰਮਿਸ਼ਨ ਹੈ ਤੁਸੀਂ ਅੱਗੇ ਫਾਰਵਰਡ ਕਰਨੀ ਹੈਗੀ ਹੈ, ਅਤੇ ਤੁਸੀਂ ਚਾਹੁੰਦੇ ਹੋ ਵੀ ਮੈਂ ਆਪਣਾ ਮੈਨੂੰ ਸ਼ੀਟ ਪੂਰੀ ਬਣਾਉਣੀ ਨਾ ਪਵੇ, ਅਤੇ ਉਹਦੇ ਵਿੱਚੋਂ ਤੁਸੀਂ ਡਾਟਾ ਉਹਨਾਂ ਕਾਪੀ ਕਰ ਲਓ। ਜਿਹਦਾ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ, ਇਹਦੇ ਵਿੱਚ ਆਪਾਂ ਸਪੋਜ਼ ਮੈਂ ਇਹਨਾਂ ਸਾਰੇ ਦੇ ਵਿੱਚੋਂ ਜਿੰਨਾ ਇਹ ਪਹਿਲਾਂ ਕਲੀਅਰ ਕਰ ਦਿੰਦਾ, ਸੋਰੀ ਸਾਰੇ ਕਲੀਅਰ ਸਿਲੈਕਟ ਆਲ ਕਰਨ ਤੋਂ ਬਾਅਦ ਮੈਨੂੰ ਸਪੋਜ਼ ਡਾਟਾ ਚਾਹੀਦਾ ਹੈਗਾ ਇੱਕ ਕੋਈ ਵੀ ਬਲੌਕ ਵਿੱਚੋਂ ਸਿਲੈਕਟ ਕਰ ਲੈਂਦੇ ਹਾਂ ਆਪਾਂ। ਜਿੱਦਾਂ ਮੈਨੂੰ ਦਰਾਹੇ ਦਾ ਚਾਹੀਦਾ ਹੈ, ਮੈਂ ਦਰਾਹੇ ਨੂੰ ਸਿਲੈਕਟ ਕਰ ਲਿਆ, ਅਨਸਿਲੈਕਟ ਕਰ ਲਿਆ, ਔਰ ਇਸ ਤੋਂ ਬਾਅਦ ਮੈਂ ਓਕੇ ਕਰ ਦੂੰਗਾ। ਓਕੇ ਕਰਨ ਤੋਂ ਬਾਅਦ ਹੁਣ ਇਸ ਪੂਰੇ ਡਾਟੇ ਦੇ ਵਿੱਚ ਦਰਾਹਾ ਨਹੀਂ ਹੈਗਾ, ਤਾਂ ਉਸ ਕੇਸ ਦੇ ਵਿੱਚ ਮੈਂ ਕੀ ਕਰੂੰਗਾ, ਬਾਕੀ ਸਾਰਾ ਡਾਟਾ ਉੱਪਰੋਂ ਲੈ ਕੇ ਥੱਲੇ ਤੱਕ ਸਿਲੈਕਟ ਕਰ ਲੂੰਗਾ। ਉਹਨੂੰ ਸਭ ਤੋਂ ਸੌਖਾ ਤਰੀਕਾ ਦੋ 'ਤੇ ਕਲਿੱਕ ਕਰ ਲਓ ਇੱਕ ਵਾਰੀ, ਅਤੇ ਕੰਟਰੋਲ ਸ਼ਿਫਟ ਦੇ ਨਾਲ ਥੱਲੇ ਆ ਜਾਓ। ਕੰਟਰੋਲ ਸ਼ਿਫਟ ਕੱਟਾ ਕਲਿੱਕ ਕਰਨਾ, ਐਰੋ ਨਾਲ ਥੱਲੇ ਕਲਿੱਕ ਕਰਕੇ ਸਿਲੈਕਟ ਕਰ ਲਓ, ਸਾਈਡ 'ਤੇ ਰਾਈਟ ਕਲਿੱਕ ਕਰਕੇ ਇਹਨੂੰ ਡਿਲੀਟ ਕਰ ਦਿਉ। ਸਾਰਾ ਡਾਟਾ ਕਲੀਅਰ ਹੋ ਗਿਆ, ਡਿਲੀਟ ਕਰਨ ਤੋਂ ਬਾਅਦ ਇੱਥੇ ਚਲੇ ਜਾਓ ਬਲੌਕ ਦੇ ਵਿੱਚ, ਔਰ ਤੁਹਾਡਾ ਇਕੱਲਾ ਉਹੀ ਮੈਂ ਪੈਂਡਿੰਗ ਆ ਦੁਰਾਹਾ, ਇੱਥੇ ਕਲਿੱਕ ਕਰੋ, ਥੱਲੇ ਜਾਓ, ਓਕੇ ਕਰ ਲਓ, ਤੁਹਾਨੂੰ ਉਹ ਪਰਟੀਕੁਲਰ ਸਾਰਾ ਡਾਟਾ ਆ ਜਾਏਗਾ। ਤੁਹਾਨੂੰ ਹੁਣ ਇਹੀ ਚੀਜ਼ ਤੁਹਾਨੂੰ ਉੱਥੇ ਆਪਣੇ ਉਹ ਕਰਨ ਦੀ ਲੋੜ ਨਹੀਂ ਹੈ, ਫਿਲਹਾਲ ਤੁਹਾਡਾ ਆਪਣਾ ਡਾਟਾ ਆ ਗਿਆ, ਉਹਨੂੰ ਇੱਕ ਸ਼ੀਟ ਅਲੱਗ ਬਣਾ ਲਓ ਅਤੇ ਆਪਣਾ ਕੰਮ ਕਰਕੇ ਦੁਬਾਰਾ ਉਸੇ ਜਗ੍ਹਾ 'ਤੇ ਤੁਸੀਂ ਉਹਨੂੰ ਲੋੜ ਮੁਤਾਬਕ ਪੇਸਟ ਕਰ ਸਕਦੇ ਹੋ, ਡਾਟਾ ਆਪਣਾ ਅਲੱਗ ਤੋਂ ਕਲੈਕਟ ਕਰ ਸਕਦੇ ਹੋ। ਫਿਲਹਾਲ ਇਹ ਵੀਡੀਓ ਲਈ ਇੰਨਾ ਹੀ ਹੈ, ਕਾਇੰਡਲੀ ਸਾਰੇ ਨੂੰ ਐਂਡ ਤੱਕ ਦੇਖਣ ਤੋਂ ਬਾਅਦ ਜਦੀ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ, ਅਤੇ ਸਾਰਿਆਂ ਦਾ ਧੰਨਵਾਦ। ਅਗਲੀ ਵੀਡੀਓ ਨੈਕਸਟ ਗੂਗਲ ਫੋਰਮ ਦੇ ਰਿਕਾਰਡਿੰਗ ਹੋਏਗੀ, ਜਿਹਦੇ ਵਿੱਚ ਆਪਾਂ ਕਿਸੇ ਤੋਂ ਡਾਕੂਮੈਂਟਸ ਕਿੱਦਾਂ ਕਲੈਕਟ ਕਰਨੇ ਉਹ ਆਪਾਂ ਦੇਖਾਂਗੇ। ਸਾਰਿਆਂ ਦਾ ਧੰਨਵਾਦ ਜੀ, ਥੈਂਕ ਯੂ।